ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਲੋੜ ਸੀਗੀ ਇਸ ਟਰੈਕਟਰ ਦੀ, ਹੈ ਨਾ। ਸਰਵ ਹਿਊਮੈਨਿਟੀ ਦੇ ਅੱਡ ਅੱਡ ਕਾਰਜਾਂ ਨੂੰ ਨਿਭਾਉਂਦੇ ਹੋਏ ਸਾਨੂੰ ਸੇਵਾ ਦੇ ਵਿੱਚ ਸਹਿਯੋਗ ਦੀ ਲੋੜ ਪੈਂਦੀ ਸੀਗੀ। ਔਰ ਇੱਕ ਬਹੁਤ ਵਾਰ ਕਿਸੇ ਦਾ ਮੰਗਵਾਂ ਟਰੈਕਟਰ ਲੈ ਕੇ ਆਉਂਦੇ ਸੀ, ਬਟ ਕਾਫੀ ਟਾਈਮ ਤੋਂ ਵੀਰ ਜੀ ਉਹਨਾਂ ਨੂੰ ਬੇਨਤੀ ਕੀਤੀ ਹੋਈ ਸੀ। ਹੁਣ ਉਹਨਾਂ ਨੇ ਸੇਵਾ ਰੂਪ ਦੇ ਵਿੱਚ ਇਹ ਟਰੈਕਟਰ ਪੱਕਾ ਹੀ ਸਰਵ ਹਿਊਮੈਨਿਟੀ ਨੂੰ ਦਾਨ ਦੇ ਵਿੱਚ ਦੇਤਾ ਕਿ ਇੱਥੇ ਲੋੜ ਰਹਿੰਦੀ ਹੈ। ਆਪ ਉਹਨਾਂ ਦੀ ਫੈਮਿਲੀ ਮੂਵ ਕਰ ਗਈ ਔਰ ਜਾਂਦੇ ਜਾਂਦੇ ਉਹ ਆਹ ਟਰੈਕਟਰ ਸੇਵਾ ਦੇ ਵਿੱਚ ਦੇ ਗਏ ਨੇ। ਸੋ ਬਹੁਤ ਹੀ ਸੋਹਣਾ ਟਰੈਕਟਰ ਤੁਸੀਂ ਦੇਖ ਪਾ ਰਹੇ ਹੋ, ਬਹੁਤ ਸ਼ੁਕਰ ਹੈ ਉਹਨਾਂ ਦਾ। ਅੰਦਰ ਮੈਂ ਤੁਹਾਨੂੰ ਦਿਖਾਉਂਦਾ ਇੱਕ, ਜੇ ਤੁਸੀਂ ਦੇਖ ਪਾ ਰਹੇ ਹੋ ਉੱਧਰ ਇੱਕ ਫਰਿੱਜ ਅਤੇ ਇੱਕ ਵਾਸ਼ਿੰਗ ਮਸ਼ੀਨ, ਹੈ ਨਾ। ਇਹ ਭੈਣ ਜੀ ਹੈਗੇ ਨੇ ਹਰਦੀਪ ਕੌਰ ਜੀ, ਉਹਨਾਂ ਨੇ ਹੁਣੇ ਹੁਣੇ ਸੇਵਾ ਭੇਜੀ ਹੈ ਅਤੇ ਆਹ ਕੀਤੀ ਹੈ। ਲੋੜ ਸੀਗੀ ਇੱਥੇ ਔਰ ਇੱਕ ਵੱਡੇ ਫਰਿੱਜ ਦੀ ਔਰ ਵਾਸ਼ਿੰਗ ਮਸ਼ੀਨ ਦੀ ਹੁਣੇ ਭੇਜੀ ਹੈ। ਸੋ ਬਹੁਤ ਧੰਨਵਾਦ ਹੈ, ਬਹੁਤ ਧੰਨਵਾਦ ਹੈ ਜੀ, ਹੈ ਨਾ। ਇਸ ਇਹ ਗੁਰੂ ਰੂਪੀ ਸੰਗਤ ਹੈ, ਅਕਾਲ ਪੁਰਖ ਦੀ ਭੈ ਭਾਵਣੀ 'ਚ ਰਹਿ ਕੇ ਸਾਰੀ ਸੇਵਾਵਾਂ ਕਰਦੀ ਹੈ। ਬਹੁਤ ਸ਼ੁਕਰ ਹੈ ਉਹਨਾਂ ਜਨਰਸ ਔਰ ਕੰਪੈਸ਼ਨੇਟ ਸੋਲਸ ਦਾ। ਹੁਣ ਬੇਨਤੀ ਕਿਆ ਕਰਨ ਲੱਗੇ, ਬੇਨਤੀ ਕਰਨ ਲੱਗਿਆ ਕਿ ਸੈਕਿੰਡ ਫਲੋਰ ਦੀ ਬਿਲਡਿੰਗ ਦੀ ਉਸਾਰੀ ਸ਼ੁਰੂ ਕਰਨ ਲੱਗੇ ਹਾਂ। ਇੱਕ ਟਰਾਲੀ ਇੱਟਾਂ ਦੀ ਅਤੇ 30 ਬੈਗ ਸੀਮੈਂਟ ਦੇ ਪਹਿਲੀ ਸੇਵਾ ਪਾ ਦਿੱਤੀ ਗਈ ਹੈ। ਇੱਕ ਟਰਾਲੀ ਇੱਟਾਂ ਦੀ ਔਰ 30 ਬੈਗ ਸੀਮੈਂਟ ਦੇ ਸੇਵਾ 'ਚ ਪਾ ਦਿੱਤੇ ਗਏ ਨੇ। ਇਸ ਤੋਂ ਬਾਅਦ ਸਾਨੂੰ ਸਰੀਆ, ਸੀਮੈਂਟ, ਰੇਤਾ, ਬਜਰੀ, ਸੀਮੈਂਟ ਸਾਰੇ ਕੁਝ ਸੇਵਾ ਸਹਿਯੋਗ ਦੇ ਵਿੱਚ ਚਾਹੀਦਾ। 30 ਤੋਂ 35 ਲੱਖ ਰੁਪਏ ਇਸ ਚੀਜ਼ ਦਾ ਖਰਚਾ ਆਉਣਾ, ਸੈਕਿੰਡ ਫਲੋਰ ਦੀ ਬਿਲਡਿੰਗ ਦਾ 30 ਤੋਂ 35 ਲੱਖ ਰੁਪਏ ਖਰਚਾ ਆਉਣਾ। ਇਹ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਸੇਵਾ ਚੱਲ ਰਹੀ ਹੈ। ਇਹ ਕੋਈ ਮੇਰੀ ਆਪਣਾ ਪਰਸਨਲ ਘਰ ਨਹੀਂ ਪੈ ਰਿਹਾ, ਸੈਕਿੰਡ ਫਲੋਰ ਬਹੁਤ ਜ਼ਰੂਰੀ ਹੈ ਜੀ, ਹੈ ਨਾ। ਪਹਿਲਾਂ ਵੀ ਤੁਸੀਂ ਸੰਗਤ ਨੇ ਵੱਧ ਚੜ੍ਹ ਕੇ ਸੇਵਾ ਦੇ ਵਿੱਚ ਸਹਿਯੋਗ ਪਾਇਆ, ਜਦ ਗਰਾਊਂਡ ਔਰ ਫਸਟ ਫਲੋਰ ਪਿਆ ਨਾ। ਹੁਣ ਫਿਰ ਬੇਨਤੀਆਂ ਕਰਦੇ ਹਾਂ ਕਿ ਸੈਕਿੰਡ ਫਲੋਰ ਦੇ ਵਿੱਚ ਗੱਜ ਵੱਜ ਕੇ ਫਤਿਹ ਬੁਲਾਉਂਦੇ ਹੋਏ ਸੇਵਾ ਦੇ ਵਿੱਚ ਜ਼ਰੂਰ ਸਹਿਯੋਗ ਪਾਇਓ। ਔਰ ਆਸ ਕਰਦੇ ਹਾਂ, ਤੁਹਾਡੇ ਤੋਂ ਉਮੀਦ ਕਰਦੇ ਹਾਂ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰੋਗੇ। ਜ਼ਿਲ੍ਹਾ ਮੋਹਾਲੀ ਦੇ ਵਿੱਚ ਪਿੰਡ ਮਦਰਹੇੜੀ, ਤਹਿਸੀਲ ਖਰੜ, ਇੱਥੇ SHS ਦੀ ਕੇਅਰ ਸੈਂਟਰ ਮਦਰਹੇੜੀ ਚੱਲਦਾ ਔਰ ਬਹੁਤ ਸਾਰੇ ਪੇਸ਼ੈਂਟਾਂ ਦਾ ਲਗਾਤਾਰ ਸੇਵਾ ਸਹਿਯੋਗ ਚੱਲਦਾ। ਚਾਹੇ ਉਹ PGI 'ਚ ਲਿਆਏ ਜਾਂਦੇ ਨੇ, ਚਾਹੇ ਉਹ ਸਪਾਈਨਲ ਕੋਰਡ ਇੰਜਰਡ ਪੇਸ਼ੈਂਟ ਨੇ, ਚਾਹੇ ਉਹ ਡੈਸਟੀਟਿਊਟ ਜਾਂ ਜਿਨ੍ਹਾਂ ਨੂੰ ਆਪਣਿਆਂ ਨੇ ਛੱਡਤਾ ਹੁੰਦਾ, ਇਹਨਾਂ ਦੇ ਬਹੁਤ ਸਾਰੇ ਪੇਸ਼ੈਂਟਾਂ ਦਾ ਸੇਵਾ ਸਹਿਯੋਗ ਚੱਲਦਾ। ਸੰਗਤ ਰੂਪ 'ਚ ਇਕੱਠੇ ਹੋ ਕੇ ਐਜ਼ ਅ ਟੀਮ ਚੱਲਦਾ, ਸੋ ਤੁਹਾਡੇ ਸਹਿਯੋਗ ਦੀ ਹਮੇਸ਼ਾ ਲੋੜ ਰਹਿੰਦੀ ਹੈ। ਫਤਿਹ ਦੀ ਸਾਂਝ ਨਾਲ ਵੀਡੀਓ ਕਲੋਜ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।